ਸਲਾਮ ਅਲੈਕੁਮ ਮੀਆਂ ਸਾਹਿਬ। ਵਾਲੇਕੁਮ ਸਲਾਮ ਜੀ। ਮੀਆਂ ਸਾਹਿਬ, ਹੁਣ ਜਿਹੜਾ ਨਾ ਤਾਨ ਸੁਣਨ ਨੂੰ ਲੱਭਦੇ ਪਏ ਨੇ ਜ਼ਿਮੀਦਾਰਾਂ ਨੂੰ ਕਿ ਜੀ ਜ਼ਿਮੀਦਾਰ ਜਿਹੜੇ ਨੇ ਉਹ ਕਣਕ ਸਟਾਕ ਕਰ ਰਹੇ ਨੇ, ਇਹਨਾਂ ਬਾਰੇ ਤੁਹਾਡੀ ਕੀ ਰਾਏ ਕਿ ਅਸੀਂ ਸਟਾਕ ਕਿਉਂ ਕਰ ਰਹੇ ਹਾਂ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਅਸੀਂ ਸਟਾਕ ਕਰਨੀ ਹੈ, ਅਸੀਂ ਵੇਚਣੀ ਨਹੀਂ। ਅਸੀਂ ਸਟਾਕ ਹੀ ਕਰਨੀ, ਸਾਡਾ ਨਹੀਂ ਹਜੇ ਵੇਚਣ 'ਤੇ ਦਿਲ ਭਾਈ, ਸਾਨੂੰ ਵਾਰੇ ਜੀ ਨਹੀਂ 2,500-3,000 ਵੇਚਣੀ। ਕੋਈ ਜ਼ਿਮੀਦਾਰ ਭਰਾ ਜਿਹੜਾ ਆਪਣੇ ਜ਼ਿਮੀਦਾਰ ਭਰਾਵਾਂ ਨਾਲ ਹਮਦਰਦੀ ਰੱਖਦਾ, ਆਪਣੇ ਖਾਨਦਾਨ ਨਾਲ ਹਮਦਰਦੀ ਰੱਖਦਾ, ਕੋਈ ਇੱਕ ਦਾਣਾ ਤੱਕ ਨਾ ਵੇਚੇ। ਯੂਨਿਟੀ ਹੋਣੀ ਚਾਹੀਦੀ, ਯੂਨਿਟੀ ਹੋਣੀ ਚਾਹੀਦੀ। ਇੱਕ ਦਾਣਾ ਨਾ ਵਿੱਚ 2-3 ਖਲੋ ਜੋ, ਇਨਸ਼ਾਅੱਲਾ ਤਾਲਾ ਇਹ ਆਟਾ ਹੀ ਇਸ ਹਕੂਮਤ ਦਾ ਰਾਹ ਲੈ ਜਾਵੇਗਾ ਇਨਸ਼ਾਅੱਲਾ ਤਾਲਾ। ਇਹ ਸੜਕਾਂ ਦੇ ਨਾਲ ਰੁਲਣ, ਇਹਨਾਂ ਦੇ ACDC, ਇਹ ਹਕੂਮਤ ਦੇ ਵਜ਼ੀਰੇ ਵਾਲਾ ਵਜ਼ੀਰ, ਇਹਨਾਂ ਦੇ ਸੜਕਾਂ ਤੇ ਰੁਲਣਗੇ, ਕਹਿਣਗੇ ਵੀ ਸਾਨੂੰ ਕਣਕ ਆਟਾ ਦਿਓ, ਇਹਨਾਂ ਨੂੰ ਲੱਭਣਾ ਨਹੀਂ ਇਨਸ਼ਾਅੱਲਾ। ਤੁਸੀਂ 2 ਏਕਾ ਕਰ ਲਓ, ਇੱਕ ਦਾਣਾ ਨਾ ਬਾਹਰ ਕੱਢੋ, ਆਪਣੇ ਘਰਾਂ 'ਚ ਰੱਖੋ। ਕੋਈ ਨਹੀਂ ਤੁਸੀਂ ਭੁੱਖੇ ਮਾਰ ਚੱਲੇ ਵੀ ਹੁਣੀ ਦਸਤੀ ਵੇਚਣੀ, ਇਨਸ਼ਾਅੱਲਾ ਤੁਸੀਂ ਦੇਖਿਓ ਬਣਦਾ ਕੀ। ਕਈ ਜਿਹੜੇ ਜ਼ਿੰਮੇਦਾਰ ਨੇ, ਜਿਹੜੇ ਮਿਡਲ ਕਲਾਸ ਜ਼ਿੰਮੇਦਾਰ ਨੇ, ਉਹਨਾਂ ਨੇ ਆਪਣੇ ਜਿਹੜੇ ਨੇ ਘਰ ਦੀਆਂ ਚੀਜ਼ਾਂ ਵੇਚ ਕੇ ਮੀਆਂ ਸਾਹਿਬ ਖਾਦਾਂ ਤੇ ਸਪਰੇ ਤੇ ਹਰ ਚੀਜ਼ ਕੀਤੀ, ਕੋਈ ਵੀ ਇੱਡਾ ਮੱਠਾ ਨਹੀਂ ਹੈ, ਥੋੜਾ ਬਹੁਤ ਵੇਚ ਲਓ ਆਪਣੇ ਗੁਜ਼ਾਰੇ ਜੋਗੀ, ਬਾਕੀ ਰੋਕ ਦਿਓ। ਇੰਨੀ ਕੁ ਵੇਚ ਲਓ ਵੀ ਇਹਦੇ ਨਾਲ ਤੁਸੀਂ ਆਪਣਾ ਨਿਜ਼ਾਮ ਚਲਾਉਣਾ ਚਾਹੁੰਦੇ, ਅਗਰ ਬਹੁਤੇ ਔਖੇ ਹੋਏ ਤੇ ਥੋੜੀ ਬਹੁਤੀ ਵੇਚ ਲਓ, ਬਾਕੀ ਡੱਕ ਦਿਓ। ਕਿਉਂਕਿ ਕਈ ਜ਼ਿੰਮੇਦਾਰ ਹੁੰਦੇ ਨੇ ਨਾ, ਉਹ ਤੇ ਧੀਆਂ ਪੁੱਤਰਾਂ ਦੇ ਵਿਆਹ ਕਰਨ ਨੂੰ ਉਹਦਾ ਬੜਾ ਸਾਰਾ ਸਿਸਟਮ, ਉਮੀਦਾਂ ਲਾਈਆਂ ਹੁੰਦੀਆਂ ਨੇ ਵੀ ਅਸੀਂ ਕਣਕ ਵੇਚ ਕੇ ਆ ਲਵਾਂਗੇ, ਆ ਕਰਾਂਗੇ, ਕੋਈ ਪੁੱਤਰ ਧੀ ਪਰਨਾਉਣਾ ਹੈ ਜਾਂ ਕੋਈ ਕੰਮ ਕਰਨਾ, ਠੀਕ ਆ, ਉਤਨੀ ਜ਼ਰੂਰਤ ਦੀ ਵੇਚ ਲਓ। ਜਿਹਨਾਂ ਨੂੰ ਕੋਈ ਮਜਬੂਰੀ ਨਹੀਂ ਹੈ, ਠੀਕ ਆ, ਬਿਲਕੁਲ ਦਾਣਾ ਨਾ ਵੇਚੋ, ਇਨਸ਼ਾਅੱਲਾ ਰਹੀ ਜ਼ਿੰਦਗੀ, ਤੁਸੀਂ ਦੇਖੋਗੇ ਇਹ ਧੱਕੇ ਖਾਣਗੇ, ਇੱਥੇ ਕਹਿਣਗੇ ਵੀ ਦਿਓ ਸਾਨੂੰ ਕਣਕ ਤੇ ਦਿਓ ਆਟਾ, ਭਾਲ ਇਨਸ਼ਾਅੱਲਾ ਸਾਡਾ ਫੇਰ ਦਿਹਾੜੇ ਹੋਣਗੇ, ਫਿਰ ਦੇਖਾਂਗੇ ਕਿੱਥੋਂ ਆਟਾ ਲੈਂਦੇ, ਇਹ ਆਟਾ ਹੀ ਇਸ ਹਕੂਮਤ ਦਾ ਰਾਹ ਲੈ ਜਾਏਗਾ। ਇਹਦਾ ਹੱਲ ਹੈ ਕਿ ਯੂਨਿਟੀ ਹੋਣੀ ਚਾਹੀਦੀ, ਯੂਨਿਟੀ ਹੋਣੀ ਚਾਹੀਦੀ ਹੈ, ਬਿਲਕੁਲ ਗੰਦਮ ਨਾ ਵੇਚੋ।